वीडियो भेजी कंहिं बणाई अगरि त ईंदा क्या ख़र्चा हुआसीं भाई जान जे वेल वीडियो ॾिठी हे त फोन की तूं भाईजान असां ख़ुदि बणाई बाटी त उते न पढ़ो साॾे लिखियो इनामु दोस्त। दोस्तो क्या हाल चाल जी ठीकु ठाकु ख़ैर ख़ैरियत तंदुरुस्तु ਅੱਲਾਹ ਤਾਲਾ ਤੁਹਾ ਕੋ ਇਜ਼ਤ ਸਿਹਤ ਕਾਮਯਾਬੀ ਔਰ ਢੇਰ ਢੇਰ ਖੁਸ਼ੀਆਂ عطا ਫਰਮਾਵੇ ਆਮੀਨ ਭਾਈ ਜਾਨ ਤੁਹਾਡਾ ਭਰਾ ਬਿਲਾਲ ਮਲੰਗੀ ਤੇ ਤੁਸਾਂ ਦੇਤੇ ਪਿਓ YouTube ਚੈਨਲ ਮਲੰਗੀ ਟ੍ਰਾਂਸਪੋਰਟ ਭਾਈ ਜਾਨ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਤੇ ਹੈ ਭਾਈ ਜਾਨ ਭਾਈ ਜਾਨ ਕੋ ਜਰਦੀ ਪਹਿਲੇ ਅਸਾਂ ਇੱਕ ਵੀਡੀਓ ਛੋੜੀ ਆਈ ਆਪਣੇ ਚੈਨਲ ਦੇ ਉੱਤੇ ਕਿਉਂ ਦੇ ਵਿੱਚ ਅਸਾਂ ਦੱਸਿਆ ਆ ਕਿ ਬੈਡਫੋਰਡ ਕੁ ਜਿਹੜਾ ਇਹਨਾਂ ਤੁਸੀਂ ਮਜ਼ਦੇ ਤੇ ਤਬਦੀਲ ਕਰੋ। ਉਹ ਵੀਡੀਓ ਛੋੜਨ ਤੋਂ ਬਾਅਦ ਭਾਈ ਜਾਨ ਇੱਕ ਸਾਡਾ ਦੋਸਤ ਹੈ ਦੁਬਈ ਦੇ ਵਿੱਚ ਰਹਿੰਨ ਉਹ ਵਾਦੀ ਸੁਣ ਦੇਣ ਆਵਾਂ ਨੇ ਨੋ ਵੀ ਉਹਨਾਂ ਇੱਕ ਗੱਡੀ ਬਣਵਾਈ ਹੋਈ ਆਈ ਉਹਨਾਂ ਸਾਡੀ ਵੀਡੀਓ ਡਿਠੀ ਹੈ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਸਾ ਕੋ ਮੈਸੇਜ ਕਮੈਂਟ ਕੀਤੇ ਭਾਈ ਭਾਈ ਜਾਨ ਅਸਾਂ ਗੱਡੀ ਇਵੇਂ ਬਣਵਾਈਏ त असां हुन खां क्या तुसां वीडियो भेज ॾियो या तस्वीरां भेज ॾियो असां कुझु ॾेढिया जो उहो कीवे हे नाले असां चैनल ते लहे दोस्त ॾेखसिनि ते हुन ते हौसला अफ़जाई थीसीं जहिड़ा दोस्त बणमावणा चाहंदा आहिनि त हो बणवेसिनि रोज़ी त करिणी पई जान हुन पंजाहु साठि सतरि लख बंदा भार के गॾी हीनो कारगो जहिड़ो न रख सघे त रोज़ी त रक्षे आला ई करा वधे हज़ार रुपये शाम कुझु रक्षे आला बि कमा हूंदे पंद्रहं सौ ॾह हज़ार ਓ ਭਾਈ ਜਾਨ ਜਲਿਆ ਸਾ ਵੀਡੀਓ ਛੋੜੀਏ ਹੂੰ ਤੋ ਬਾਦ ਸਾਡੇ ਦੋਸਤਾਂ ਨੇ ਬਿਰਾਵਾਂ ਨੇ ਰਾਬਤੇ ਕੀ ਤੈਨ ਮੇਰੇ ਨਾਲ ਮਲੰਗੀ ਭਾਈ ਇਹਦਾ ਰੇਟ ਪੁੱਛੋ ਕਿੱਥੂ ਬਣੀਏ ਕਿਵੇਂ ਬਣੀਏ ਕੀ ਇਹਦਾ ਖਰਚਾ ਆਂਦਾ ਪਏ ਕੀ ਇਹਦਾ ਹਿਸਾਬ ਕਿਤਾਬ ਏ ਤਾਂ ਭਾਈ ਜਾਨ ਮੈਂ ਉਹਦੇ ਫੋਟੋ ਜਿਹੜੇ ਨਾ ਮੈਂ ਉਹਨੂੰ ਕੋ WhatsApp ਕੀ ਤੈਨ ਆਪਣੇ ਬਾੜੀਆਂ ਵਾਲੇ ਕੋ ਜਿਹਦੇ ਨਾਲ ਮੇਰਾ ਥੋੜਾ ਬਤਾ ਤੱਲੁਕ ਹੈ ਬਾੜੀਆਂ ਵਾਲੇ ਨਾਲ ਬੰਦਾ ਠੀਕ ਹੈ ਬਾੜੀਆਂ ਵਾਲਾ ਸਾਡੀ ਸਮਝ ਦੇ ਵਿੱਚ ਤਾਂ ਤੇ ਉਹ ਕੋ ਫੋਟੋ ਸੈਂਡ ਕੀਤੇ ਨਾ ਵੀਡੀਓ ਭੇਜੀਏ ਮੈਂ ਕਿ ਭਾਈ ਜਾਨ ਗੱਡੀ ਬਣੀ ਹੈ ਮਲਤਾਨ ਦੇ ਵਿੱਚ ਇਹ ਦੇਖੋ ਕੈਂ ਬਣਾਈਏ ਉਹ ਤੋਂ ਇਲਾਵਾ ਅਸਾਂ ਇਹ ਜੇ ਡੱਬਾ ਕੈਬਨ ਬਣਵਾਉਣਾ ਚਾਹਨੇ ਹੈ ਅਗਰ ਇਹ ਜੇ ਬਣਵਾਉ ਤਾਂ ਇੰਦਾ ਕੀ ਖਰਚਾ ਆਸੀ ਭਾਈ ਜਾਨ ਜਿਹੜੇ ਵੇਲੇ ਉਹ ਵੀਡੀਓ ਡਿਠੀਏ ਤੇ ਉਹ ਮੈਨੂੰ ਫੋਨ ਕੀਤਾ ਉਹ ਆ ਕੇ ਭਾਈ ਜਾਨ ਅਸਾਂ ਖੁਦ ਬਣਾਈਏ ਇਹ ਬਾਡੀ ਦੇ ਉੱਤੇ ਨਾਂ ਪੜੋ ਸਾਡੇ ਲਿਖੇ ਹੋਏਨ ਤੇ ਸਾਡੇ ਫੋਨ ਨੰਬਰ ਲਿਖਿਓ ਹੈ ਇਹ ਗੱਡੀ ਅਸਾਂ ਤਿਆਰ ਕੀਤੀ ਹੈ ਇੱਕ ਤਿਆਰ ਕਰ ਤੇ ਕੱਢ ਚੋੜੀਏ ਦੂਜੀ ਤਿਆਰ ਥਿੰਦੀ ਘੜੀਏ ਔਰ ਜਿਹੜੀ ਦੂਜੀ ਤਿਆਰ ਥਿੰਦੀ ਘੜੀਏ ਉਹ ਇਹਦੇ ਕੋਲੂ ਸਹੀ ਮੈਨੇ ਅੱਛੀ ਕਰਕੇ ਅਸਾਂ ਤਿਆਰ ਕਰੰਦੇ ਪੈ ਡੱਬਾ ਜਰਾ ਉਚਾ ਖੁੱਲਾ ਰੱਖੇ ਸੇ ਦੂਜੀ ਗੱਡੀ ਦਾ ਔਰ ਬਿਹਤਰੀਨ ਤਿਆਰ ਥਿੰਦੀ ਪਈਏ ਮੈਂ ਉਹਨਾਂ ਕੋ ਆਕੇ ਭਾਈ ਜਾਨ ਗੇਟ ਲਾਕ ਕਰਾਇਆ ਮੈਂ ਉਹਨਾਂ ਕੋ ਆਕੇ ਭਾਈ ਜਾਨ ਤੁਸੀਂ ਜਿਹੜਾ ਹੈ ਨਾ ਇਹਦਾ ਖਰਚਾ ਦੱਸੇ ਸੋ ਸਾਕੋ ਤਾਂ ਭਾਈ ਜਾਨੋ ਨਾ ਖਰਚਾ ਦੱਸੇ 3 ਲੱਖ ਰੁਪਏ ਉਹਨਾਂ ਅਗੇ ਗਿਣਸੋਂ ਅਸਾਂ ਕਹਿ ਬੰਨਦਾ ਰੰਗ ਕਰਕੇ ਦੇਸੂ ਸ਼ੀਸ਼ੇ ਪੋਸ਼ੇਸ਼ ਡੈਕੋਰੇਸ਼ਨ ਬਾਕੀ ਤੁਹਾਡੀ ਆਪਣੀ ਹੋਸੀ ਅਸਾਂ ਡੱਬਾ ਮੁਕੰਮਲ ਸੋਨਾ ਜਿਆ ਤਿਆਰ ਕਰਕੇ ਉਹਨੂੰ ਰੰਗ ਕਰਕੇ ਤੁਹਾਨੂੰ ਦੇ ਦੇਸੂ 3 ਲੱਖ ਰੁਪਏ ਦਾ ਜਨਾਬ ਉਹ ਤੋਂ ਬਾਅਦ ਮਾਉ ਕਾ ਕੇ ਬਾਡੀ ਉਹ ਅਗੇ ਜਨਾਬ ਬਾਡੀ ਨਵੀਂ ਹੈ 6 ਲੱਖ ਰੁਪਏ ਦੀ ਸੈਕੰਡ ਹੈਂਡ ਗਿਣਸੋ ਤਾਂ ਤੁਹਾਡੀ ਮਰਜ਼ੀ ਹੈ ਭਾਈ ਜਾਨੋ ਨਵੀਂ ਬਾਡੀ 6 ਲੱਖ ਰੁਪਏ ਦੀ 3 ਲੱਖ ਰੁਪਏ ਦਾ ਡੱਬਾ ਡੈਕੋਰੇਸ਼ਨ ਸ਼ੀਸ਼ੇ ਪੋਸ਼ੇਸ਼ਿੰਗ ਪੋਸ਼ਸ਼ ਟਿਕੜੀਆਂ ਬੱਤੀਆਂ ਇਸ਼ਾਰੇ ਵਾਇਰਿੰਗ ਕਾਫੀ ਕੰਮ ਨਿਕਲ ਆਨ ਇਹ ਪਾਪ ਕੇ तमाम ਮੈਂ ਇੱਕ ਜਜਮੈਂਟ ਲੈ ਕੇ 12 ਲੱਖ ਰੁਪਏ ਨਾਲ ਬਾਡੀ ਕੈਬਨ ਉਤਲਾ ਸਮਾਨ ਮੁਕੰਮਲ 12 ਲੱਖ ਰੁਪਏ ਜਿਸ ਸਾਢੇ 11 11 ਤੋਂ 12 ਲੱਖ ਰੁਪਏ ਦੇ ਵਿੱਚ ਤਿਆਰ ਤੇ ਵੇ ਸੀ ਕਿਉਂਕਿ 6 ਲੱਖ ਦੀ ਨਵੀਂ ਬਾਡੀ ਤਰੇ ਲਗਦਾ ਡੱਬਾ ਨੋਂ ਤੇ ਗਿਆ 3 ਲੱਖ ਵੀ ਲੱਗੀ ਵੇਸੀ ਭਾਈ ਜਾਨ ਡੈਕੋਰੇਸ਼ਨ ਦੇ ਔਰ ਪੋਸ਼ੇਜ ਦੇ ਸੀਟਾਂ ਦੇ ਕਾਫੀ ਬੇ ਅਖਰਾਜਤ ਹੋਣੇ ਨਤਵਾ ਕੁਸਾਰੀ ਸਮਝ ਇਸ ਗਾਲ ਦੇ 12 ਲੱਖੇ ਤਿਆਰ تھی ਸੀ ਅਗਰ ਸੈਕੰਡ ਹੈਂਡ ਬਾਡੀ ਗਿਨਸ ਹੋਤਾ 2.3 ਲੱਖ ਰੁਪਿਆ 5.2 ਲੱਖੇ ਤਿਆਰ ਤੇ ਵੇਸੀ 9 ਇਚ ਤਿਆਰ ਤੇ ਵੇਸੀ ਇਹ ਬਾਈ ਜਾਨ ਨੀ ਵੇ ਬੈਡ ਫੋਰਡ ਦਾ ਮਜ਼ਦ ਦੇ ਬਣਾਉਣ ਦਾ ਖਰਚਾ ਉਂ ਤੋ ਬਾਦ ਬਾਈ ਜਾਨ ਗੱਡੀ ਤੇ ਪੈਸੇ ਲਾ ਕੇ ਨੋ 12 ਲੱਖ ਲਾਗਣੋ ਤੇ 11 ਲੱਖ ਰੁਪਏ ਦੀ ਗੱਡੀ ਲਾਗਣੋ ਯਾਨੀ ਕਿ ਪੰਜੀ ਤੋਂ 3 ਹੀ ਲੱਖ ਦੇ ਅੰਦਰ ਅੰਦਰ ਗੱਡੀ ਤਿਆਰ ਤੇ ਵੈਸੀ ਅਗਰ ਗੱਡੀ ਤੁਹਾਡੀ ਆਪਣੀ ਹੋਵੇ ਬੈਡ ਫੋਰਡ ਹੁੰਦੇ ਤੇ ਕਬਾਡੀ ਕੈਬਨ ਹਰ ਸ਼ੇ ਹੋਸੀ ਨਾ ਅਗਰ ਤੁਸੀਂ ਫਰੇਮ ਹੁੰਦਾ ਮਸ਼ੀਨ ਗਰੀ ਚੇਕ ਗਨੋ ਹੁੰਦੀ ਬਾਡੀ ਹੁੰਦਾ ਡੱਬਾ ਵੇਚੋ ਚਾ 3 ਲੱਖ ਦਾ ਵਿਕੇ 4 ਦਾ ਵਿਕੇ 5 ਦਾ ਵਿਕੇ ਬਾਕੀ ਪੰਜ ਛੇ ਜੇਬ ਵਿੱਚੋਂ ਲਾ ਕੇ ਤੇ ਤੁਸੀਂ 8 ਦਾ 7-8 ਲੱਖ ਰੁਪਏ ਨਾਲ ਗੱਡੀ ਵਲਦੀ ਤਿਆਰ ਕਰ ਗင်းਸੋ ਬਾਕੀ ਰਿਆ ਸਵਾਲ ਮਸ਼ੀਨਗਰੀ ਦਾ ਭਾਈ ਜਾਨ ਇਹਦੇ ਵਿੱਚ ਤਬਦੀਲੀ ਕਿਆ ਕਰਨੀ ਪੋਸੀ ਤੋ ਕੋ ਮੁਕੰਮਲ ਤਫਸੀਲ ਦੱਸੇ ਸਾਂ ਜਾਂ ਤੱਕ ਮੇਰਾ ਅਕਲ ਕੰਮ ਕਰਨ ਦੇ ਜਿੰਨਾ ਕਿ ਮੈਂ ਕੋ ਤਜਰਬਾ ਹੈ ਜ਼ਿਆਦਾ ਹੈ ਜਾਂ ਥੋੜਾ ਹੈ ਭਾਈ ਜਾਨ ਇਹ ਆ ਗਿਆ ਬਾਡੀ ਔਰ ਡੱਬੇ ਦਾ ਖਰਚਾ ਦੱਸ ਦਿੱਤੇ ਕਿ ਇਵੇਂ ਬਣ ਸੀ ਕੱਲਾਰੇ ਤੁਹਾਡੀ ਮਰਜ਼ੀ ਹੈ ਜੇ ਸਾਵਾ ਕਰਾਓ ਲਾਲ ਕਰਾਓ ਨੀਲਾ ਕਰਾਓ ਉਹ ਤੁਹਾਡੇ ਉੱਤੇ ਹੈ उन तूं इलावा भाई जान मशीनगरी फ्रेम कुझु सिधा पधर करा के उहो वट मट हे त कढा के रंग शंग कराक मशीनगरी कसके इंजण जी दखभाल कर मुकमल हू तु सभु ब्रेक लवे सो छुक ब्रेक हीनो जी छुक लवा ॾिसो त बैड फोर्ड कुझु छुक ही डब्ब को लॻी हुई तुंहिंजो हीनो जी लवा ॾिसो अगू हिसे जहिड़े उहे बैड फोर्ट ते रह विनि पिछू बैड फोड़ रह वैसे ਜਾ ਡੱਬੇ ਦੇ ਪਾੜੇ ਸੋ ਡੱਬੇ ਬੈਡ ਫੁੱਟ ਦਾ ਹਿਸਾਬ ਕੋ ਪਾੜੇ ਸੋ ਬਹੁਤ ਮਜ਼ਬੂਤ ਔਰ ਪੈਦਾਰਿਸ ਹੈ ਭਾਈ ਜਾਨ ਇਨ ਕੋ ਪਹਿਲਾ ਨੰਬਰ ਇੰਦਾ ਤੁਸੀਂ ਬਦਲ ਵੇਸੋ ਭਾਈ ਜਾਨ ਪਾਵਰ ਲਵੇ ਸੋ ਦੂਜਾ ਨੰਬਰ ਇੰਦਾ ਗੇਅਰ ਵੱਡਾ ਲਾਉਣਾ ਪੋਸੀ ਠੀਕ ਹੈ ਰਾ ਤੇ ਤੀਜਾ ਨੰਬਰ ਭਾਈ ਜਾਨ ਇੰਦਾ ਤਕਰੀਬਨ ਇਹ ਦੂ ਕਾਮੀ ਹੈ ਨਾ ਬਾਕੀ ਕੋਈ ਐਸੀ ਤਬਦੀਲੀ ਕਹਿ ਨਹੀਂ ਜੜੀ ਇੰਦੇ ਵਿੱਚ ਕਰੇ ਸੋ ਪਾਵਰ ਕਰਵੇ ਸੋ ਤੇ ਗੇਅਰ ਬਦਲੇ ਸੋ ਬਸ ਡੋ ਕੰਮ ਲਾਜ਼ਮੀ ਹੈ ਤੋਬ ਕਰਾਉਣੇ ਪੋਸੇ ਤੇ ਤ੍ਰੀਜਾ ਕੰਮੇ ਕਮਾਨੀਆਂ ਦੇ ਨਕੇ ਜਪਾਨੀ ਲੈਸੋ ਜਾਂ ਹైదਰਾਬਾਦੀ ਗਹਿਣ ਕੇ ਲੈਸੋ ਮੋਟਿਆ ਪਿੰਨਾ ਵਾਲੇ ਨਕੇ ਲੈਸੋ ਕਮਾਨੀਆਂ ਦੇ ਨਕੇ ਪਿੰਨਾਂ ਦੇ ਇਹ ਫਰੇਮ ਨਾਲ ਜੜੇ ਲਗੇ ਉਹਨਾਂ ਪੈਨ ਫਸਦੀ ਉਹ ਨਕੇ ਝੂਲੇ ਔਰ ਪਾਵਰ ਔਰ ਗੇਅਰ ਇਤਰਾਏ ਚੀਜ਼ਾਂ ਬਦਲੀ ਕਰੇ ਸੋ ਬਾਕੀ ਜੈਨਵਨ ਬੈਡਫੋਰਡ ਰਾਸੀ ਭਾਈ ਜਾਨ ਔਰ ਬਿਹਤਰੀਨ ਗੱਡੀ ਬਣਸੀ ਰੋਜੀ ਕਰੇ ਸੀ ਤੁਸਾਂ ਸਿੰਧ ਚਲਸੋ ਕੇਲੇ ਦੇ ਤੇ ਚਲਸੀ ਖਰਬੂਜ਼ਾ ਢੂਏ ਸੀ ਮਰਚ ਢੂਏ ਸੀ ਕੋਇਟਾ ਸੇਬ ਦੇ ਉਤੇ ਚਲਸੀ ਹਰ ਪਾਸੇ ਗੱਡੀ ਚਲਸੀ ਭਾਈ ਜਾਨ ਜਿੱਥਾਂ ਚਲੇ ਜੋ ਇਹ ਤੋ ਆ ਕੋ ਪੰਜੀ 27 ਲੱਖ ਰੁਪਏ ਦੀ ਗੱਡੀ ਪਾਇ ਵੇ ਜੀ 28 ਲੱਖ ਦੀ ਅਗਰ ਤੁਹਾਡੀ ਗੱਡੀ ਆਪਣੀ ਕਾਇਨੀ ਤੇ 1.5 ਲੱਖ ਰੁਪਏ ਤੇ 2 ਲੱਖ ਤੇ 1.5 ਲੱਖ ਰੁਪਏ ਤੇ ਬੈਡਫੋਰਡ ਤੇ ਕਾਗਜ਼ ਇਹ 900 ਫਰੇਮ 900 ਸਮਾਨ ਪੂਰਾ ਕਰਾ ਕੇ ਗੱਡੀ ਤਿਆਰ ਕਰ ਵੇ ਸੋ ਜਲੇ ਤੋ ਆ ਕੋ ਪੰਜੀ ਤੋ 3 ਲੱਖ ਦੇ ਅੰਦਰ ਅੰਦਰ ਜ਼ਿਆਦਾ ਤੋਂ ਜ਼ਿਆਦਾ ਮਹਿੰਗੀ ਤੋਂ ਮਹਿੰਗੀ ਉਹ ਤਾਂ ਤੂੰ ਤਾਂ ਭਾਵੇਂ 40 ਲੱਖ ਰੁਪਇਆ ਲਾ ਦਿਓ ਭਾਈ ਜਾਨ ਉਹ ਕੋ ਕੈਮਰੇ ਲਾ ਦਿਓ ਐਲ ਸੀ ਡੀਆਂ ਲਾ ਦਿਓ ਸਾਰਾ ਸਮਾਨ ਡੈਕੋਰੇਸ਼ਨ ਕਰਨ ਦੇ ਬੋਡੀਆਂ ਪਰਾਂ ਦੇ ਐਰੀਅਲ ਜਿਹੜਾ ਜਿਹੜਾ ਸਮਾਨ ਪੈਂਦੇ ਆ ਸੋ ਖਰਚਾ ਵੱਧਦਾ ਵੈਸੀ ਭਾਈ ਜਾਨ ਕੰਮ ਅਜ ਕੰਮ 22 24 25 27 28 ਵੱਧ ਤੋਂ ਵੱਧ ਜ਼ਿਆਦਾ ਤੋਂ ਜ਼ਿਆਦਾ ਭਾਈ ਜਾਨ 3 ਲੱਖ ਰੁਪਇਆ ਇਹ ਤੋਂ ਉੱਤੇ ਖਰਚਾ ਨਹੀਂ ਆਂਦਾ और हे हीनो दे बराबरि एफ बी तू मज़दे पैंती सौ तू कई हिस गॾी चङी पाण वेसीं जॾहिं हे ई रोज़ी करणी मज़दूरी करणी त वलो नखरा कया बैड फोड कया त हीनो कया त सीज़ कया भई जान ए मलूमात बैड फोड दी असां तो अॻो ॾिती हीअ बणवामण दी के इनशालाह साढे बाई जी गॾी जहिड़ी बहावलपुर खड़ी हे उन ई मेको आख़िरी रेट शेट पताकार ते गॾी चेक के पुछे ने त भई जान इनशाल्ला मुल्तान बाईपास त हुते ਤੇ ਬਾਡੇ ਆਲ ਦਾ ਨਾਂ ਸੌਖਾ ਜੀ ਐ ਕੋਈ ਜੱਟ ਉਹ ਮੈਂ ਮੈਸੇਜ ਨੂੰ ਵੈਸ ਮੈਸੇਜ ਮੇ ਕੋ ਕੀਤਾ ਹਾ ਤੇ ਹੁਣ ਮੈਂ ਮੈਸੇਜ ਪੜ ਕੇ ਤੇ ਵਲ ਦੁਬਾਰਾ ਨਾਲ ਚਲੋ ਕਲੇ ਬਣਾ ਤੇ ਲਾ ਦੇ ਸਾਂ ਤੇ ਉਹ ਬਾਡੇ ਆਲ ਮੇਰੇ ਤਲੋ ਕਾਲ ਹੈ ਮਿਲਣ ਆਲਾ ਹੈ ਤੇ ਇਨਸ਼ਾਅੱਲਾ ਇਹ ਖਰਚਾ ਹੀ ਵੇ ਗੱਡੀ ਦਾ ਭਾਈ ਜਾਨ ਡੱਬੇ ਦਾ 3 ਲੱਖ ਹੈ ਬਾਡੀ ਨਵੀਂ ਦਾ 6 ਲੱਖ ਹੈ ਸੈਕੰਡ ਹੈਂਡ ਜਿੰਨੇ ਦੀ ਮਿਲ ਵਾਂਜੇ ਬਾਕੀ ਰਾਂ ਡੈਕੋਰੇਸ਼ਨ ਹੈ ਸ਼ੀਸ਼ੇ ਇਨ ਬੋਡੀਆਂ ਪਰਾਂ ਦੇ ਉਹ ਤੁਹਾਡੇ ਆਪਣੇ ਉੱਤੇ ਮਸ਼ੀਨਰੀ ਹੈ ਤਲੂ ਜਿਵੇਂ ਰੱਖਸੋ ਤੁਹਾਡੇ ਆਪਣੇ ਉੱਤੇ ਹੈ ਮਗਰ ਡੱਬਾ ਕੈਬਾਂ ਨੂੰ ਜਿਹੜਾ ਇਹ ਹੀਨੋ ਦੀ ਨਕਲ ਦੇ ਵਿੱਚ ਉਹ 3 ਲੱਖ ਰੁਪਏ ਦਾ ਬਣਦਾ ਪਵੇ ਠੀਕ ਹੈ ਭਾਈ ਜਾਨ ਇਹ ਆਈ ਬੈਡਫੋਰਡ ਦੇ ਮਸਜਦੇ ਦੀ ਮਲੂਮਾਤ ਇਨਸ਼ਾਅੱਲਾ ਭਾਈ ਜਾਨ ਵਾਲ ਦੂਜੇ ਨੰਬਰ ਦੋਸਤਾਂ ਕਾਫੀ ਮੈਸੇਜ ਕੀਤੇ ਨੇ ਕਿ ਇੱਕ ਸਾਈਜ਼ ਵਾਲੇ ਤਾਂ ਤੰਗ ਨਾ ਕਰੇ ਸਨ ਭਾਈ ਜਾਨ ਇੱਕ ਸਾਈਜ਼ ਵਾਲੇ ਤੰਗ ਨਹੀਂ ਕਰਿੰਦੇ ਇੱਕ ਸਾਈਜ਼ ਵਾਲੇ ਤਾਂ ਇੱਕ ਨੰਬਰ ਗੱਡੀ ਕੋ ਐਫ ਐਮ ਕੋ ਵੀ ਰੋਕ ਕੇ ਮੰਥਲੀ ਕਿੰਨੇ ਪੈਸੇ ਕਿੰਨੇ ਇੱਕ ਨੰਬਰ ਪਾਕਿਸਤਾਨ ਸੰਭਲ ਕੋ ਵੀ ਉਹ ਪੈਸੇ ਕਿੰਨੇ ਔਰ ਲਾਰ ਵਾਲੀ ਕੋਲ ਵੀ ਪੈਸੇ ਗਿਨਨ ਦੂ ਨੰਬਰ ਵਾਲਿਆਂ ਕੋਲ ਵੀ ਪੈਸੇ ਗਿਨਨ ਸਾਰਿਆਂ ਕੋਲ 500 200 ਗਿਨ ਕੇ ਚਲਦਾ ਪੇ ਕੰਮ ਤੇ ਭਾਈ ਜਾਨ ਇਹ ਜਿਹੜਾ ਡੱਬਾ ਇਹ ਕੋਈ ਨਾ ਕਸਟਮ ਵਾਲਾ ਹੋਸੀ ਨਾ ਕੋਈ ਇਹ ਹੋਸੀ ਦੇਸੀ ਕੈਬ ਬਣੇ ਕੋ ਅਸਾਂ ਸਦੇ ਨੇ ਮਲਤਾਨੀ ਤਿਆਰ ਥਿਆ ਹੋਇਆ ਦੇਸੀ ਕੈਬਨ ਇਹਦੇ ਕੋਈ ਮਸਲਾ ਕਹਿ ਨਹੀਂ ਹੋਆ ਜਿਹੜੀ ਬੈਡਫੋਰਡ ਦੀ ਚੇਚਸ ਪੱਟੀ ਹੁੰਦੀ ਹੈ ਡੈਸ਼ਬੋਰਡ ਤੇ ਲੱਗੀ ਹੋਈ ਉਹ ਇਹਦੇ ਡੈਸ਼ਬੋਰਡ ਦੇ ਉੱਤੇ ਤੁਸੀਂ ਲਾ ਦੇਸੋ ਬਾਕੀ ਰੋਲਾ ਖਤਮ ਕੋਈ ਬੈਡਫੋਰਡ ਕੰਡੇ ਦੇ ਵੀ ਪਾਸ ਹੈ ਹਰ ਪਾਸੋਂ ਪਾਸ ਹੈ ਰੋਜ਼ੀ ਕਰੇ ਸੀ ਇਨਸ਼ਾਅੱਲਾ ਦੇ ਇਹ ਮੇ ਅੱਛੀ ਅੱਛੀ ਮਲੂਮਾਤ ਗੈਨ ਕੇ ਦੋਸਤਾਂ ਦੇ ਨਾਲ ਹਾਜ਼ਰ ਥਿੰਦੇ ਰਹੇ ਵੇਸੋ ਦੋਸਤਾਂ ਦੇ ਸਾਹਮਣੇ ਇਨਸ਼ਾਅੱਲਾ ਹੁਣ ਆਉਣ ਵਾਲੀ ਵੀਡੀਓ ਤੱਕ ਇਜਾਜ਼ਤ ਦਿਓ ਆਪਣੇ ਭਰਾ ਬਿਲਾਲ ਮਲੰਗੀ ਨੂੰ ਰਹੀ ਜ਼ਿੰਦਗੀ ਤਵਲ ਮਿਲਸੋ ਅੱਲਾ ਹਾਫਿਜ਼